बिस्मिल्लाह रहमान रहीम अस्सलाम वालेकुम। साडी दुआ कि साडे बहन भी अल्लाह ताला खुश रखे, शादो आबाद रखे। इसे दुआ नाल करते हैं अज की वीडियो शुरू करने से पहले छोटी जी गुजारिश की बहन भी ने मेरा चैनल आज से भी सब्सक्राइब नहीं किया, मेरा चैनल आज से भी सब्सक्राइब कर लो, तो बैल का बटन लाजमी प्रेस कर लो ताकि मेरी आने वाली हर वीडियो तक बार वक्त पहुँच रहे। करते हैं अज की वीडियो शुरू। अज जुमेरा का दिन है तो सुबह सुबह काम के ऊपर पहुंचे हैं। सर्दी काफ़ी सी लेकिन हूँ फिलहाल सूरज निकल रहा वा तो सर्दी जी कुछ घटेगी जिदा जिदा सूरज निकलेगा। काम से पहुंचे हैं अच्छे काम की जो भी रूटीन हैगी भी अपने बहन भी शेयर कर दें। तुम थोड़ा ही बनाना बस और रैंप ही बनाने हम सीमेंट पिया हो आखिरी बारी है सीधा कौन है बनाना सब सही लगे कौन है बनाने सीधे अच्छा जी इधरली साइड ते किचन की जी सफाई वगैरह सारी फाइनल हो गई है। अलमारियां दोनों खोल दी खोल के ते हर चीज़ मिट्टी वगैरह साफ कर दी है। हम कर रहे हैं इस बिजली का इंतजार जिस तरह बिजली आती है बिजली आ जाती है तो उस तो बाद ख्याल कर सफाई करते हैं धोने धो के तेन प्लस्तर शुरू करते हैं। इधर अगली साइड से रिद्धि भाई आए हुए रगड़ाई वाला भाई आ गया हुआ तो ये ला रहे अपनी तारा वगैरह तार सारी मुकम्मल आ गई पिछों नवी पा के लैन दी मीटर तो जी मेन तार आनी सी आ गई हुई है तो उस तो बाद रगड़ाई वाले भाई ने भी तार नवी ला के दी है ताकि इन्हें कल ने काम करना कल इन्हें कोई परेशानी ना बने। इस जगह से रिद्धि भाई आए हुए तो तार ला रहे हुए रिद्धि भाई अपन पट्टिया वगैरह नवी लैके आया रगड़ाई वाला भाई ये कटाई करनी है फिर थले आ लैके आया रेगमल वगैरह इस तरह शिकिरद ला रहे मशीन का जोड़।
ਸਹੀ ਰਗੜਾਈ ਦਾ ਸਾਡਾ ਕੰਮ ਮਾਸ਼ਾਅੱਲਾ ਸ਼ੁਰੂ ਹੋ ਗਿਆ ਤੇ ਇਹ ਪੈਰਸ ਨਾਲ ਨਾਲ ਪਾ ਰਹੇ ਹਾਂ ਕਿ ਤਾਂ ਕਿ ਪਾਣੀ ਇੱਥੇ ਦੀਵਾਰ ਦੇ ਨਾਲ ਨਾ ਸਿਮੇ ਕਿਉਂ ਸਟੈਪ ਨਾਲ ਪਾਣੀ ਥੱਲੇ ਗਿਰਨਾ ਆ ਕੇ ਅਤੇ ਵੀ ਦੀਵਾਰ ਦੇ ਨਾਲ ਨਾਲ ਪਾਣੀ ਨਾ ਸਿਮੇ। ਸ਼ਬਾਜ਼ਮੀ ਉਹ ਅਗਲੀ ਸਾਈਡ 'ਤੇ ਥੋੜ੍ਹੀ ਪਾ ਦੇ ਵੀਰੇ ਅਤੇ ਬਾਅਦ ਵਿੱਚ ਸਾਫ਼ ਹੋ ਜਾਏਗੀ ਜੀ। ਇਹ ਪੈਰਸ ਹੁੰਦੀ ਆ ਅਤੇ ਇਹ ਕੱਚੀ ਹੁੰਦੀ ਹੈ, ਬਾਅਦ 'ਚ ਸਾਫ਼ ਹੋ ਜਾਏਗੀ। ਔਰ ਸ਼ਬਾਜ਼ ਭਾਈ ਨੇ ਆਪਣਾ ਕੰਮ ਸ਼ੁਰੂ ਕੀਤਾ, ਹੁਣ ਪਹਿਲੇ ਕਮਰਾ ਸਾਫ਼ ਕੀਤਾ, ਕਮਰਾ ਸਾਫ਼ ਕਰਕੇ ਅਤੇ ਹੁਣ ਕੰਮ ਸ਼ੁਰੂ ਕੀਤਾ ਹੀ ਸੀਗਾ ਅਤੇ ਸਮਝ ਲਓ ਖਾਣੇ ਦਾ ਟਾਈਮ ਹੋ ਗਿਆ ਸੀਗਾ। ਖਾਣਾ ਖਾਂਦੇ ਹਾਂ, ਖਾਣਾ ਖਾਧਾ, ਖਾਣਾ ਖਾ ਕੇ ਹੁਣ ਦੁਬਾਰਾ ਫਿਰ ਸ਼ੁਰੂ ਕਰਦੇ ਆਪਣਾ ਕੰਮ ਇਹ ਭਾਈ। ਅਤੇ ਇਹ ਵੀ ਸ਼ਾਮ ਵਾਲੀ ਵੀਡੀਓ ਵਿੱਚ ਦਿਖਾਵਾਂਗੇ ਕਿੰਨਾ ਕੰਮ ਕਰ ਗਿਆ ਜਿਹੜੇ ਅਤੇ ਇੱਧਰ ਚਾਚੂ ਮਰਦ ਦਾ ਅਲਮਾਰੀਆਂ ਪਲੱਸਤਰ ਕਰ ਰਿਹਾ। ਅਲਮਾਰੀ ਵੀ ਸਾਹਮਣੀ ਸਾਈਡ ਜਿਹੜੀ ਹੈ ਇਹ ਪਲੱਸਤਰ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਨੀਚੇ ਵਾਲੀਆਂ ਸਾਈਡਾਂ ਪਲੱਸਤਰ ਕਰਨੀਆਂ ਇਹ ਕਰਦੇ ਆ। ਫਿਰ ਇਸ ਅਲਮਾਰੀ ਦੇ ਆਉਂਦੇ ਆ, ਬਿਜਲੀ ਨਹੀਂ ਸੀ ਹੈਗੀ, ਕੰਮ ਕਾਫੀ ਲੇਟ ਸ਼ੁਰੂ ਹੋਇਆ ਸਾਡਾ। ਰੰਗ ਵਾਸਤੇ ਭਾਈ ਮੁਸਤਫਾ ਆਏ ਹੋਏ ਅੱਜ, ਜਿਹੜਾ ਬਾਹਰ ਥੋੜ੍ਹਾ ਰੰਗ ਲੈਂਦਾ ਸਾਡਾ ਕਰਨ ਵਾਲਾ ਉਹ ਕੰਪਲੀਟ ਕਰਦੇ ਆ। ਮੈਂ ਰਾਜਾ ਪੁੱਤ ਬਾਹਰ, ਹਾਂਜੀ ਚਟਾਈ ਇਕੱਠੀ ਕਰਕੇ ਰੱਖਦੇ ਮੇਰਾ ਵੀਰ ਸਾਰੀ। ਉਹ ਤਾਰ ਵੀ ਜਿਹੜੀ ਬਚੀ ਨਾ ਹੁਣ ਤਾਰ ਨੂੰ ਪਿੱਛੇ ਅੰਦਰ ਰੱਖਣਾ, ਸਹੀ ਹੈ। ਅਤੇ ਮੁਸਤਫਾ ਭਾਈ ਲੱਗੇ ਹੋਏ ਜਿੱਧਰ ਪੇਂਟ ਕਰਨ ਵਾਸਤੇ, ਬੂਟ ਪਾ ਲਿਆ ਨਾ ਵੀਰੇ? ਇਹ ਕੀ ਗੱਲ ਆ ਤੇਰੇ ਬੂਟ? ਕਾਸ਼ੀ ਭਾਈ ਵੀਰ ਲੈ ਗਿਆ ਸੀ ਬੂਟ ਛੱਤ ਭਰਨੇ ਦੀ, ਫਿਰ ਉਹਨਾਂ ਦੇ ਘਰ ਚੱਕਣਾ ਸੀ ਟਾਈਮ। ਅੱਛਾ ਅੱਛਾ ਜੀ, ਭਾਈ ਮੁਸਤਫਾ ਇੱਧਰ ਲੱਗੇ ਹੋਏ। ਭਾਈ ਮੁਸਤਫਾ ਇਹਦੇ 'ਤੇ ਅਫਸ਼ਾਂ ਪਈ ਹੈ ਜਿਹੜੀ ਲਾਉਣੀ ਇੱਥੇ? ਯਾਰ ਅਫਸ਼ਾਂ ਨਹੀਂ ਪਈ ਜੀ, ਖਤਮ ਹੋ ਗਈ ਸੀਗੀ। ਅੱਛਾ ਚਲੋ, ਲਾਉਣੀ ਆ ਤਾਂ ਡਬਲ ਕੋਟ 'ਚ ਲੱਗਣੀ ਆ, ਆਪਣਾ ਨਜ਼ਰ ਨੇ ਜਾਣਾ ਨੇ ਤਿੰਨ ਤੀਆਂ ਕਦੀ ਖੜੀ ਆ। ਚਲੋ ਸਹੀ ਆ, ਨਜ਼ਰ ਨੇ ਜਾਣਾ ਨੇ। ਹਾਂਜੀ ਨਹੀਂ, ਥੋੜ੍ਹੀ ਪਾ ਕੇ ਲਾ ਦੇਣੇ ਨਾ, ਸੋਹਣੀ ਲੱਗੇਗੀ। ਠੀਕ ਹੈ ਨਾ ਜੀ, ਇੱਧਰਲੀ ਸਾਈਡ ਦੇ ਉੱਪਰ ਜੀ ਵਾਲਿਆਂ ਕੋਲ ਮਿਲਣੀ ਆ। ਹਾਂਜੀ ਪਤਾ ਇਹਨੂੰ, ਉਹ ਜਾਂਦਾ ਤਾਂ ਫਿਰ ਉਹਦਾ ਲਈ ਆਊਗਾ। ਹਾਂਜੀ ਤਿੰਨੇ ਬਲੈਕ ਕਰਦੇ ਨੇ, ਸਾਹਮਣੇ ਫਰੰਟ ਤੋਂ ਸੋਹਣੇ ਲੱਗਣਗੇ ਨਾ, ਵੀ ਇੱਦਾਂ ਹੀ ਹੋਏਗਾ ਜਿਵੇਂ ਟਾਇਰ ਲਾ ਦਿੱਤੀ ਹੈ। ਸਹੀ ਹੈ ਨਾ? ਬਾਅਦ 'ਚ ਜਦੋਂ ਗੇਟ 'ਤੇ ਆਪਾਂ ਟਾਇਲ ਬਣਾਉਣੀ ਹੈ ਨਾ? ਹਾਂਜੀ ਟਾਇਲ ਬਣਾਉਣੀ, ਇੱਥੇ ਦੋਨੇ ਬਲੈਕ ਰਹਿਣਗੇ, ਇਹਦੇ 'ਤੇ ਵੀ ਬਣਾ ਦਾਂਗੇ। ਚਲੋ ਫਿਰ ਬਾਅਦ ਵਿੱਚ ਦੇਖ ਲੈਣਾ, ਉੱਪਰ ਵਾਈਟ ਮਾਰ ਕੇ ਨਾ, ਆਇਲ ਪੇਂਟ ਹੀ ਮਾਰਨਾ ਨਾ। ਹਾਂਜੀ ਆਇਲ ਪੇਂਟ ਉੱਪਰ ਮਾਰ ਕੇ ਅਤੇ ਉੱਪਰ ਫਿਰ ਟੇਪ ਲਾ ਕੇ ਅਤੇ ਕਰ ਦੇਵਾਂਗੇ। ਹਾਂ ਮੇਰਾ ਵੀਰ ਸਾਰਾ ਨਾ ਅੱਛੇ ਤਰੀਕੇ ਨਾਲ ਆਪਣੀ ਪੈਰਸ, ਜਿੱਥੇ ਜਿੱਥੇ ਪਾਣੀ ਦਾ ਕੋਈ ਡਰ ਖਤਰਾ ਹੈਗਾ ਨਾ, ਉੱਥੇ ਤਾਂ ਪੈਰਸ ਪਾ ਲਾ। ਹਾਂਜੀ ਥੋੜ੍ਹਾ ਜਿਹਾ ਗਿੱਲਾ ਹੋ ਜਾਏਗਾ ਨਾ, ਹਵਾ ਫਿਰ ਜਾਏਗੀ ਅਤੇ ਟੈਂਸ਼ਨ ਖਤਮ ਹੋ ਜਾਏਗੀ। ਹਾਂ ਫਿਰ ਪੈਪ ਪਾਣੀ ਨਹੀਂ ਖਿੱਚੇਗਾ ਅੱਗੇ। ਬਾਕੀ ਜੀ ਕੱਲ੍ਹ ਪਲੇਟ ਲਾਈ ਸੀ ਮਾਸ਼ਾਅੱਲਾ ਲਈ ਲਿਆ ਕੇ ਅਤੇ ਮੇਰੇ ਮੈਮ ਵੀਰ ਬਹੁਤ ਹੀ ਜ਼ਿਆਦਾ ਸਭ ਨੇ ਪਸੰਦ ਕੀਤਾ ਅਤੇ ਕਹਿ ਰਹੇ ਸੀ ਅਸਰ ਭਾਈ ਤੁਸੀਂ ਨਾ ਇਹਦੇ ਉੱਪਰ ਕਲਰ ਚੇਂਜ ਨਹੀਂ ਕਰਨਾ ਹੈਗਾ। ਅਤੇ ਠੀਕ ਆ ਜੀ, ਅਸੀਂ ਇਹਦਾ ਕਲਰ ਚੇਂਜ ਨਹੀਂ ਕਰ ਰਹੇ ਹੈਗੇ, ਕਲਰ ਇਹਦਾ ਮਾਸ਼ਾਅੱਲਾ ਇਹੀ ਰਹੇਗਾ ਅੱਲਾ ਦੇ ਹੁਕਮ ਨਾਲ। ਬਹੁਤ ਹੀ ਪਿਆਰੀ ਲੱਗੀ ਹੈ ਅਤੇ ਕੋਸ਼ਿਸ਼ ਇਹ 'ਚ ਮੈਂ ਕਰਨੀ ਹੈ ਜੀ, ਜਿਸ ਟਾਈਮ ਮੇਰੇ ਇਲੈਕਟ੍ਰੀਸ਼ਨ ਭਾਈ ਆਉਂਦੇ ਆ ਨਾ ਜੀ, ਇਹਦੇ ਪਿਛਲੀ ਸਾਈਡ 'ਤੇ ਇੱਕ ਛੋਟਾ ਬਲਬ ਲਾਉਣਾ, ਇਹਦੇ ਪਿਛਲੀ ਸਾਈਡ 'ਤੇ ਛੋਟਾ ਬਲਬ ਜਿਹੜਾ ਚੱਲਦਾ ਰਹੇਗਾ, ਕੋਈ ਛੋਟੇ ਜਿਹੇ ਬਲਬ ਲੱਗਣਾ, ਉਹਦੇ ਇੰਨਾ ਉਹਨੇ ਕਰੰਟ ਵੀ ਨਹੀਂ ਲੈਣਾ ਹੈਗਾ। ਇਹ ਫਿਰ ਉਹ ਛੋਟਾ ਬਲਬ ਸ਼ਾਮ ਨੂੰ ਕਿਸ ਟਾਈਮ ਜੇ ਲਾਈਟ ਬਾਲੀ 'ਤੇ ਚਲਾ ਦਿੱਤਾ ਅਤੇ ਸਾਹਮਣੇ ਸ਼ੀਸ਼ੇ ਦੇ ਬੈਕ ਸਾਈਡ ਦੇ ਉੱਪਰ ਰਾਤ ਨੂੰ ਵੀ ਕਲੀਅਰ ਨਜ਼ਰ ਆਏਗੀ, ਦਿਨੇ ਵੀ ਨਜ਼ਰ ਆਏਗੀ ਔਰ ਰਾਤ ਨੂੰ ਵੀ ਬਿਲਕੁਲ ਕਲੀਅਰ ਨਜ਼ਰ ਆਏਗੀ ਜੀ। ਬਹੁਤ ਹੀ ਪਿਆਰੀ ਲੱਗੀ ਹੈ ਜੀ ਮੇਰੇ ਪਿੰਡ ਦੇ ਵਿੱਚ, ਮੇਰੇ ਹਿਸਾਬ ਦੇ ਵਿੱਚ ਸ਼ੀਸ਼ੇ ਦੇ ਉੱਪਰ ਮਾਸ਼ਾਅੱਲਾ ਜਿਹੜੀ ਹੈ ਇਹ ਸਭ ਤੋਂ ਪਹਿਲੇ ਅੱਜ ਮੇਰੇ ਲੱਗੀ ਹੈ। ਬਾਕੀ ਕਿਤੇ ਟਾਇਲ ਲੱਗੀ ਹੋਈ ਹੈ, ਕਿਤੇ ਵੈਸੇ ਲੋਹੇ ਦੇ ਉੱਪਰ ਲੱਗੀ ਹੋਈ ਹੈ, ਸ਼ੀਸ਼ੇ ਦੇ ਉੱਪਰ ਲਗਾ ਕੇ ਸਭ ਤੋਂ ਪਹਿਲੇ ਮੈਂ ਲਾਈ ਆ, ਜਿਹੜੀ ਫੈਮਿਲੀ ਨੇ ਲਵਾ ਕੇ ਦਿੱਤੀ। ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਮਾਸ਼ਾਅੱਲਾ ਜਿਵੇਂ ਜਿਵੇਂ ਤਾਂ ਮਾਸ਼ਾਅੱਲਾ ਜ਼ਿਕਰ ਹੁੰਦਾ ਰਹੇਗਾ, ਜਿਹਦੀ ਵੀ ਨਜ਼ਰ ਪੈ ਗਈ ਉਹਦੇ ਮੂੰਹ 'ਚ ਲਫਜ਼ ਨਿਕਲਣਗੇ ਅਤੇ ਸਵਾਬ ਦੀ ਨੀਯਤ ਲਾਈ ਹੈ ਜੀ ਅਤੇ ਸਵਾਬ ਮਿਲਦਾ ਰਹੇਗਾ। ਅੱਜ ਰਗੜਾਈ ਵਾਲਾ ਕਾਫੀ ਸਾਰਾ ਸਮਝ ਲਓ ਹੁਣ ਕੰਮ ਸ਼ੁਰੂ ਹੋ ਗਿਆ, ਕਚਰਾ ਵੀ ਅੱਗੇ ਪਿੱਛੇ ਹਰ ਚੀਜ਼। ਸ਼ਾਮ ਤੱਕ ਅੱਜ ਜਿਹੜਾ ਵੀ ਫਿਰ ਕੰਮ ਕਰਾਂਗੇ ਸ਼ਾਮ ਵਾਲੀ ਵੀਡੀਓ 'ਚ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ ਅਤੇ ਮੈਂ ਵੀ ਇਹਦੇ ਨਾਲ ਹੀ ਆਪਣੀ ਵੀਡੀਓ ਦਾ ਇੱਥੇ ਹੀ ਕਰਦਾ ਹਾਂ ਜੀ। ਖੁਦਾ ਹਾਫਿਜ਼।